ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ। ਕੱਲ ਆਪਾਂ ਆਉਂਦਿਆਂ ਨੂੰ ਸਾਨੂੰ ਬਹੁਤ ਦੇਰ ਹੋ ਗਈ ਸੀਗੀ, ਅਰਲੀ ਮਾਰਨਿੰਗ ਹੀ ਹੋ ਗਈ ਸੀਗੀ ਅਤੇ ਨੀਅਰ ਅਬਾਊਟ 3:30-4 ਵੱਜ ਗਏ ਸੀ ਘਰ ਆਉਂਦਿਆਂ ਨੂੰ। ਗਦਰ ਮੂਵੀ ਦਾ ਐਕਸਪੀਰੀਅੰਸ ਸੋ ਸੋ ਸੀਗਾ, ਲਾਸਟ ਵਿੱਚ ਥੋੜ੍ਹੇ ਜਿਹੇ ਸੀਨ ਵਧੀਆ ਆ ਅਤੇ ਗਦਰ ਨਵੀਂ ਗਦਰ ਦੇਖ ਕੇ ਤੁਹਾਨੂੰ ਪੁਰਾਣਾ ਬਾਰਡਰ ਫਿਲਮ ਚੇਤੇ ਆਊਗੀ, ਕਿਉਂਕਿ ਪਾਕਿਸਤਾਨੀ ਆਰਮੀ ਦੀ ਜਿਹੜੀ ਯੂਨੀਫਾਰਮ ਸੀਗੀ ਉਹ ਜੋ ਬਾਰਡਰ ਫਿਲਮ 'ਚ ਪਾਈ ਸੀ ਸੇਮ ਮੇਰੇ ਹਿਸਾਬ ਨਾਲ ਤਾਂ ਉਹੀ ਸੀਗੀ, ਅਤੇ ਟੈਂਕ ਟੁੰਕ ਵੀ ਉਹੀ ਸੀਗੇ, ਓਲਡ ਮਾਡਲ ਅਤੇ ਸੇਮ ਗਨ ਹੀ ਸੀ ਉਹਨਾਂ ਦੀਆਂ। ਬਾਕੀ ਦੇਖ ਲਿਓ, ਐਕਸਪੀਰੀਅੰਸ ਵਧੀਆ ਆ। ਬੜੇ ਦੇਰ ਬਾਅਦ ਕੋਈ ਉਹਨਾਂ ਨੇ ਫਿਲਮ ਕੱਢੀ ਆ, ਸਾਨੂੰ ਦੇਖਣੀ ਚਾਹੀਦੀ ਸੀ, ਅਸੀਂ ਦੇਖੀ ਆ। 25 ਤਰੀਕ ਨੂੰ ਮੂਵੀ ਆ ਰਹੀ ਆ ਮਸਤਾਨੇ, ਬਹੁਤ ਵਧੀਆ ਮੂਵੀ ਆ, ਸਾਰੇ ਜਾਣੇ ਦੇਖਣ ਜਾਈਓ। ਬਹੁਤ ਹਿਸਟਰੀ ਆਪਣੀ ਉਹਦੇ ਵਿੱਚ ਦੱਸੀ ਆ ਸਿੱਖ ਧਰਮ ਦੀ, ਅਤੇ ਜ਼ਰੂਰ ਜਾਇਓ। ਅਤੇ ਸਾਡੀ ਗੱਡੀ ਵਰਨਾ ਦੀ ਬੈਟਰੀ ਹੋ ਗਈ ਸੀ ਖਰਾਬ, ਅਤੇ ਅੱਜ ਅਸੀਂ ਬੈਟਰੀ ਉਹਦੀ ਫਿੱਟ ਕਰਨ ਜਾ ਰਹੇ ਹਾਂ। ਅਤੇ ਉਹ ਕੁਛ ਦਿਨ ਪਹਿਲਾਂ ਰੇਲਵੇ ਰੋਡ ਦੇ ਵਿੱਚ ਨਾ ਪਾਣੀ ਬਹੁਤ ਇਕੱਠਾ ਹੋ ਗਿਆ ਸੀ, ਮੈਂ ਪਾਣੀ 'ਚੋਂ ਗੱਡੀ ਕੱਢ ਦਿੱਤੀ ਅਤੇ ਉੱਥੇ ਹੋ ਗਈ ਸੀ ਗੱਡੀ ਬੰਦ, ਅਤੇ ਆਪਾਂ ਨੂੰ ਫਿਰ ਬੈਟਰੀ ਦਾ ਜ਼ੋਰ ਲੱਗ ਗਿਆ ਜ਼ਿਆਦਾ, ਤਾਂ ਮੁੜ ਕੇ ਗੱਲ ਨਹੀਂ ਬਣੀ ਉਹ ਤੋਂ ਬਾਅਦ। ਅਤੇ ਆਪਣਾ ਮਿੱਤਰ ਰਕੇਸ਼ ਕੁਮਾਰ ਕਹਿੰਦਾ ਆਪਾਂ ਬੈਟਰੀ ਆਪਣੀ ਚੇਂਜ ਹੀ ਕਰ ਲੈਣੀ ਆ, ਅਤੇ ਗੱਡੀ ਗੈਰੇਜ ਖੜ੍ਹੀ ਆ ਅਤੇ ਆਪਾਂ ਹੁਣ ਜਾ ਰਹੇ ਹਾਂ ਗੈਰੇਜ ਵੱਲ। ਰੇਲਵੇ ਰੋਡ 'ਚ ਹਮੇਸ਼ਾ ਰਸ਼ ਹੀ ਦੇਖਣ ਨੂੰ ਮਿਲਦਾ ਆ, ਗੱਡੀ ਬੜੇ ਸਹੀ ਇੱਥੇ। ਅਤੇ ਮੁੰਡਾ ਹੁਣ ਆ ਗਿਆ ਗੱਡੀ ਚੈੱਕ ਕਰਨ, ਅਤੇ ਬੈਟਰੀ ਦੇ ਹਾਲਾਤ ਕਾਫੀ ਮਾੜੇ ਆ, 4 ਸਾਲ ਹੋ ਗਏ ਉੱਦਾਂ। ਐਸ ਐਫ ਕਿਹੜੀ ਹੈ? ਐਸ ਐਫ ਦੀ ਆ, ਐਸ ਐਫ ਸੋਨਿਕ। ਅੱਛਾ, ਇਹ ਵੀ ਵਧੀਆ ਬ੍ਰਾਂਡ। ਅੱਛਾ, ਇਹ ਵੀ ਵਧੀਆ ਬ੍ਰਾਂਡ ਸੀਗਾ ਪਹਿਲੇ ਟਾਈਮ। ਪਾਲੇ ਆਉਂਦੀ ਹੈ ਹੁਣ ਐਮਰੋਨ ਵਾਲੀ ਪਾਵਰ ਜ਼ੋਨ, ਇਹ ਵਧੀਆ ਕੇਸ਼ੀ ਰਿਸਪੋਂਸ ਇਹਦਾ, ਨਾਲੇ ਗਰੰਟੀ ਆਨਲਾਈਨ। ਓਕੇ ਓਕੇ, ਮਤਲਬ ਜੇ ਕੋਈ ਦਿੱਕਤ ਆਈ ਤਾਂ ਕੰਪਨੀ ਦਊਗੀ ਕਿ ਮੈਂ ਦਊਂਗਾ ਬੈਟਰੀ ਚੇਂਜ। ਲਓ ਜੀ, ਸਰਵਿਸ ਦੇਖੋ ਤੁਸੀਂ, ਸੇਮ ਡੇ ਚੇਂਜ। ਇਹ ਆਪਣਾ ਵੱਡਾ ਭਰਾ ਆ ਕੇਸ਼ੀ, ਅਤੇ ਇਹਦੀ ਦੁਕਾਨ ਹੈਗੀ ਹੈ ਕਾਲੇ ਬੱਕਰੇ। ਬੈਟਰੀ ਰਿਗਾਰਡਿੰਗ ਕੋਈ ਵੀ ਤੁਸੀਂ ਇੱਕ ਕੰਮ ਕਰਾਉਣਾ ਆ, ਤੁਹਾਨੂੰ ਇਹ ਘਰ ਹੀ ਬੈਟਰੀ ਰੱਖ ਜੂਗਾ। ਕਿਉਂ ਜੀ? ਘਰੇ ਹੋਮ ਡਿਲੀਵਰੀ ਅਵੇਲੇਬਲ ਹੈ, ਔਰ ਰੇਟ ਵੀ ਵਧੀਆ। ਹੋਲਸੇਲ ਰੇਟ ਵੀ ਨਹੀਂ ਮੈਨੇਜ ਕਰਦਾ, ਜਿਹੜੀ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਵਾ ਦੇਣੀ ਘਰ ਆ ਕੇ ਤੁਹਾਡੀ ਗੱਡੀ ਦੇ ਵਿੱਚ ਬੈਟਰੀ ਰੱਖ ਦੇਣੀ, ਉਹਦੇ ਨਾਲ ਦੀ ਰੀਸ ਨਹੀਂ ਮੇਰੇ ਹਿਸਾਬ ਨਾਲ ਕੋਈ। ਕੰਪਲੇਂਟ ਵੀ ਕਰੇ। ਲਓ ਜੀ, ਫਾਇਦਾ ਕਰਾਤਾ ਸਾਰਿਆਂ ਦਾ। ਇਹ ਕਿਸੀ ਪੁਰਾਣੀ ਬੈਟਰੀ ਵੀ ਕੱਟੀ ਜਾਣੀ ਵਿੱਚ ਨਾ? ਪੁਰਾਣੀ ਕੱਟੀ ਜਾਣੀ ਹੈ, ਅਤੇ ਚਲੋ ਨਵੀਂ ਰੱਖ ਦਿੰਦੇ। ਅੱਛਾ, ਇਹ ਕਿੰਨੇ ਐਂਪੀਅਰ ਆ? ਸਾਰੇ ਟੂਲ ਲੈ ਕੇ ਆਇਆ ਮੁੰਡਾ ਨਾਲ। ਇਹਨੇ ਵਿੱਚੋਂ ਕੰਮ ਕਰ ਦਿੱਤਾ ਉਹਦਾ ਖਰਾਬ। ਗੱਡੀ ਜਦੋਂ ਪਾਣੀ 'ਚ ਸੀਗੀ ਇੱਥੇ ਇੱਕ ਅਸੈਂਬਲੀ ਜਿਹੀ ਸੀਗੀ, ਅਤੇ ਉਹ ਉਹਨਾਂ ਨੇ ਫਿਰ ਕੀਤਾ ਕੰਮ, ਖੋਲ੍ਹ ਖੋਲ੍ਹ ਕੇ ਡੀਜ਼ਲ ਡੂਜ਼ਲ ਚੰਗੀ ਤਰ੍ਹਾਂ ਮਾਰਿਆ ਫਿਰ 'ਚ। ਲਓ ਜੀ, ਚੱਕ ਲਿਆ ਪਾਵਰ ਜ਼ੋਨ ਦਾ ਡੱਬਾ। 4 ਸਾਲ ਹੋ ਗਏ ਗੱਡੀ ਨੂੰ ਲਈ ਨੂੰ, ਅਤੇ ਉਹ ਕਿਸੇ ਉਹ ਕਵਰ ਜਿਹਾ ਰੱਖ ਲੈਣਾ ਸੀ ਉਹਦੇ ਵਿੱਚ, ਕਵਰ ਵੀ ਪਿਆ ਹੋਇਆ ਉਹ 'ਚ। ਬੈਟਰੀ ਦਾ ਰੋ ਵੀ ਬੜਾ ਚੇਅਰ ਕਿ ਨਹੀਂ, ਵਾਰੰਟੀ ਕਾਰਡ ਸਾਂਭ ਕੇ ਰੱਖਣਾ। ਹਾਂ, ਇੱਥੇ ਮਿਲਣੀ ਵਾਰੰਟੀ। ਔਰੇਂਜ ਕਲਰ ਦਾ ਡਿਫਰੈਂਟ ਜਿਹੀ ਲੁੱਕ ਬਣ ਗਈ ਵਿੱਚ ਆਉਂਦੀ ਹੈ। ਥਾਰ 'ਚ ਵੀ ਮੇਰੇ ਹਿਸਾਬ ਨਾਲ ਔਰੇਂਜ ਖਰੇ ਪਾਵਰ ਤੋਂ ਨਹੀਂ ਲੱਗੀ ਹੈ, ਪਤਾ ਨਹੀਂ ਦੇਖੀ ਨਹੀਂ ਕਿਹੜੀ ਲੱਗੀ।
बैटरी होगी फिट तो हम चेक करते हैं कि कोई दिक्कत नहीं दी। सतनाम श्री वाहेगुरु। चलो जी गड्डी होगी ओके, गड्डी चल गई साड़ी 99,000। चलो स्टार्ट ही रहने दें थोड़ी देर। पानी दे विच जान तो बाद धूआं बहुत मारना पी ऐसा कराना बना इलाज। हाँ जी उपर पहली लगा होगा कट ही वायर फार नू कर दे अंदर शटर खोलना पैना है तो पोलो भी साइड से करनी पैनी अपन ताई गल बननी है। चलो भी शेरा दोबारा थार ही लेके जानी पैनी है। एक्चुअली पोलो की चाबी मैं लियाना भुल गया सीगा ते पोलो लगी हुई है अगे तो थार ताई खड़ी होनी सी ते पोलो साइड ते हुंदी कोई चक्कर नहीं। अज की फेवारी थार दी आंदी आ लिया जाके। चलो जी एक बैटरी अपनी चल जाऊगी वापस।